ਇਹ ਜੀ ਦੇਖੋ ਦਰਬਾਰ ਸਲਮਾਨ ਪਾਰਸ ਜੇਲਮ ਇਹ ਜੀ ਸਾਰਾ ਸਲਾਨਾ ਜਿਹੜਾ ਮੇਲਾ ਲੱਗਣਾ ਜੇਲਮ ਦਰਬਾਰ ਸਲਮਾਨ ਪਾਰਸ ਕਾਸਮ ਭਾਈ ਕੁਝ ਕਹਿਣਾ ਚਾਹੋਗੇ ਇਹ ਤਾਂ ਮਾਸ਼ਾਅੱਲਾ ਰੌਣਕਾਂ ਲੱਗੀਆਂ ਨੇ ਰਾਤੀ ਕੁਆਲੀ ਵੀ ਇੱਥੇ ਸਰਕਾਰ ਚੰਬਾ ਕੁਆਲ ਆ ਰਿਹਾ ਨਜ਼ਾਰੇ ਨੇ ਸਾਰਾ ਜਿਹੜਾ ਨਾ ਰੌਣਕ ਹੀ ਲੱਗੀ ਹੋਈ ਹੈ ਕੁਝ ਵਿਊਜ਼ ਵਿਜੁਅਲਸ ਰਾਤੀ ਬਣਾਏ ਸਨ ਸੁਬਹ ਬਣਾਉਣ ਲੱਗੇ ਆ ਲੱਕੀ ਰਾਣੀ ਸਰਕਸ ਨੇ ਵੀ ਵੀਡੀਓ ਰਿਕਾਰਡ ਕੀਤੀ ਹੈ ਅਸਾਂ ਉਹ ਵੀ ਲਾਗ ਦੋ ਸੰਗ ਤੱਕਣੇ ਕੇ ਮਿਲ ਸੇ ਇੱਧਰ ਵੀ ਰਾਸ਼ ਇੱਧਰ ਵੀ ਰਾਸ਼ ਹਰ ਤਰਫ ਜਿਹੜਾ ਨਾ ਇਹ ਪੂਰੀ ਜਿਹੜੀ ਲੈਣ ਹੈ ਦੁਕਾਨਾਂ ਨਹੀਂ ਹੈ ਸਾਰੇ ਸਟਾਲ ਲੱਗੇ ਹਰ ਪਾਸਾ ਵੱਖਰੇ ਵੱਖਰੇ ਸਮਝ ਕਿਸੇ ਕਿੰਨੀ ਨਹੀਂ ਆਪਣੀ ਕੈਬ ਵੇਚਣਾ ਇਸ ਦਫਾ ਜੀ ਬੜੀ ਨਾਇਸ ਜੀ ਹੋਰ ਵੀਡੀਓ ਲੈ ਕੇ ਆਏ ਅਸੀਂ ਤੁਹਾਡੀ ਖਿਦਮਤ ਵਿੱਚ ਕਿੰਗ ਆਫ ਲਾਈਨ ਪਰਿਵਾਰ ਵੀ ਨਾਲ ਹੈ ਸਲਮਾਨ ਪਾਰਸ ਨਾਲ ਮੇਲਾ ਜਨਾਬ ਮੇਰੇ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਕਿ ਲੱਕੀ ਰਾਣੀ ਸਰਕਸ ਵੀ ਆਈ ਹੈ ਪਿਛਲੀ ਵਾਰ ਬਸ ਇੱਕ ਥੋੜਾ ਡਿਫਰੈਂਟ ਵੀ ਹੈ ਚੀਜ਼ ਕਾਫੀ ਅਰਸੇ ਬਾਅਦ ਆਈ ਹੈ ਅਰਸੇ ਬਾਅਦ ਲੱਕੀ ਰਾਣੀ ਸਰਕਸ ਇੱਥੇ ਬੰਦ ਹੋ ਗਈ ਸੀ ਪਰ ਫਿਰ ਆਈ ਹੈ ਉਹ ਵੀ ਦਿਖਾਉਂਦੇ ਹਾਂ ਅਸਲਾਮ ਵਾਲੇਕਮ ਜੀ ਵੈਲਕਮ ਟੂ ਅਨਦਰ ਵਲੌਗ ਦੇਖੋ ਜੀ ਅੱਜ ਇੱਕ ਵਾਰੀ ਫਿਰ ਦੂਸਰਾ ਸਲਾਨਾ ਮੇਲਾ ਹੈ ਸਾਡਾ ਜਦੋਂ ਨੇ ਚੈਨਲ ਬਣਾਇਆ ਸਲਮਾਨ ਪਾਰਸ ਆ ਗਏ ਹਾਂ ਜੀ ਇੱਕ ਵਾਰੀ ਫਿਰ ਐਤਕੀ ਲੱਕੀ ਰਾਣੀ ਸਰਕਸ ਵੀ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਉਹ ਹੀ ਮਾਹੌਲ ਹੈ ਸਾਰਾ ਰਸ਼ ਕਾਫੀ ਜ਼ਿਆਦਾ ਹੈ ਦੇਖੋ ਜੀ ਟੋਕਰੀਆਂ ਆਹ
ਦੇਖੋ ਜੀ ਨਿਜ਼ਾਮ। ਚੰਗਾ ਸਿਸਟਮ ਇਹਨੇ ਬਣਾਇਆ, ਵਾਹ ਵਾਹ ਨਾਈਸ। ਮਿਹਰਬਾਨੀ ਸਰ, ਮਿਹਰਬਾਨੀ, ਥੈਂਕ ਯੂ। ਪਹਿਲੇ ਕੋਈ ਮੇਲੇ ਕੇ ਲੈ ਕੇ ਚੈੱਕ ਕਰੋ ਜੀ। ਓ ਮਾਸ਼ਾਅੱਲਾ ਜੀ, ਆਪਣੇ ਭਾਈ ਜਾਨ ਹੈ ਜੀ, ਬੜ ਸਾਹਿਬ ਹਨ ਸਾਡੇ ਸਰ, ਕੀ ਹਾਲ ਹੈ? ਇੱਥੇ ਤਾਂ ਜੋ ਵਲੌਗ ਤੱਕ ਰਹੇ ਹੋ ਸਰ, ਮਿਹਰਬਾਨੀ ਸਰ। ਫਿਰ ਅਸੀਂ ਤੱਕ ਸਕਦੇ ਲੱਗੀ ਰਾਣੀਆਂ ਸਵਾਰੀ, ਅਸੀਂ ਨਾ ਤੱਕ ਸਕਦੇ ਕਿਉਂਕਿ ਅਸਾਂ ਜਲਦੀ ਘਰ ਵਾਪਸ ਜਾਣਾ ਹੁੰਦਾ ਤੇ ਇਹ ਜਿਹੜਾ ਟਾਈਮਿੰਗ ਨੇ ਲੱਗੀ ਰਾਣੀ ਸੀ, ਪਹਿਲਾ ਸ਼ੋਅ ਹੈ ਸਾਡੇ 12 ਵਜੇ, ਤੀਸਰਾ ਸਾਡੇ 6 ਵਜੇ, ਅੱਛਾ ਸੀ ਲੇਕਿਨ ਟਾਈਮਿੰਗ ਬੜੀ ਜਿਹੜਾ ਨਾ ਭੈੜੀ ਟਾਈਮਿੰਗ ਹੈ, ਬਹੁਤ ਲੇਟ ਨਾਈਟ ਜਿਹੜਾ ਨਾ ਸ਼ੋਅ ਹੈ। ਬਾਕੀ ਹੈ ਇਹ ਰੌਣਕ ਮੇਲਾ, ਫਿਰ ਤੱਕੋ ਤੁਸੀਂ ਭੂਤ ਬੰਗਲਾ ਵੀ ਹੈ, ਕੋਈ ਨੀ ਭੂਤ ਹੈ ਜੇ ਨਾਲ ਹੈ ਤਾਂ ਬੰਗਲਾ ਤੱਕਣੇ ਦੀ ਕਿਹੜੀ ਲੋੜ ਹੈ, ਛੋੜਾ ਪਰ ਕੋਈ ਗਰਮੀ ਬਹੁਤ ਹੈ ਜੀ, ਵਾਕਈ ਨਾਲਾ ਮੇਲੇ ਦਾ ਮਜ਼ਾ ਲੈ ਰਿਹਾ ਨਾਲੇ ਗਰਮੀ ਦਾ ਮਜ਼ਾ। ਆਓ ਜੀ ਵੇਖਦੇ ਜਾਓ ਜੀ ਸਾਰੇ ਜਿਹੜਾ ਨਾ ਅੱਜ ਜੋ ਕੁਝ ਹੈ ਅਸੀਂ ਉਹ ਇਹ ਕੁਝ ਕੱਲ ਜਿਹੜਾ ਨਾ ਇਨਸ਼ਾਅੱਲਾ ਨੈਕਸਟ ਲੱਕੀ ਰਾਨੀ ਔਰ ਦਰਬਾਰ ਨੇ ਅੰਦਰ ਨਾ ਜਾ ਸਕੇ ਜਿੱਥੇ ਰਸ਼ ਹੈ ਉਹ ਵੀ ਕੱਲ ਦਿਖਾਉਂਦੇ। ਇਹ ਖਵਾਲ ਸੇ ਹੁਣ ਚਾਹ ਸ਼ਾਹ ਪਿਆ ਲੈਣੀ ਆ ਜਾਂ ਕੋਈ ਖਵਾਲਣੇ ਤਾਂ ਵੀ ਹੈ ਦਰਬਾਰ ਤਾਂ ਨਹੀਂ ਭਾਈ ਜੀ, ਖਤਮ ਹੋਵੇ।